ਅੱਜ ਅਸੀਂ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਕੰਪਲੇਂਟਸ ਰੈਜ਼ੋਲਿਊਸ਼ਨ ਕੈਂਪ ਰਾਹਤ ਕੈਂਪ ਦੇ ਨਾਮ ਤੋਂ ਸਾਰੇ ਜ਼ਿਲ੍ਹੇ ਵਿੱਚ ਰੱਖਿਆ। ਸਾਰੇ ਜ਼ਿਲ੍ਹੇ ਵਿੱਚ 14 ਥਾਣੇ ਅਤੇ ਵੱਖ ਵੱਖ ਯੂਨਿਟਸ ਸਾਰੇ ਮਿਲ ਕੇ ਕੰਪਲੇਂਟਸ ਜਿਹੜੀ ਲੰਬੇ ਸਮੇਂ ਤੋਂ ਪੈਂਡਿੰਗ ਪਈਆਂ ਸੀ ਉਹਨਾਂ ਦਾ ਹੱਲ ਕਰ ਰਹੇ ਹਾਂ। ਸਿਟੀ ਜ਼ੀਰਾ ਵਿੱਚ ਮੈਂ ਆਈ ਹਾਂ, ਇੱਥੇ 57 ਕੰਪਲੇਨੈਂਟਸ ਨੂੰ ਅਲੱਗ ਅਲੱਗ ਕੇਸਾਂ ਵਿੱਚ ਜਿਹੜੇ ਲੰਬੇ ਸਮੇਂ ਤੋਂ ਪੈਂਡਿੰਗ ਸੀ ਉਹਨਾਂ ਨੂੰ ਬੁਲਾਇਆ ਗਿਆ, ਉਹਨਾਂ ਨੂੰ ਸੁਣਿਆ ਜਾ ਰਿਹਾ ਅਤੇ ਉਹਨਾਂ ਦੀ ਲੰਬੀ ਪਈਆਂ ਦਰਖਾਸਤਾਂ ਦਾ ਖਾਤਮਾ ਅਤੇ ਉਹਨਾਂ ਦੀ ਰੈਜ਼ੋਲਿਊਸ਼ਨ ਕੀਤਾ ਜਾ ਰਿਹਾ। ਫਿਰੋਜ਼ਪੁਰ ਵਿੱਚ ਵੀ ਜੀ 6000 ਤੋਂ ਜ਼ਿਆਦਾ ਅਸਲਾ ਦੀ ਵੈਰੀਫਿਕੇਸ਼ਨ ਹੋ ਚੁੱਕੀ ਹੈ। ਅਸੀਂ ਤਕਰੀਬਨ 800 ਤੋਂ ਲੈ ਕੇ 900 ਅਸਲਾ ਜਿਹੜੇ ਹੈ ਸਸਪੈਂਸ਼ਨ ਜਾਂ ਕੈਂਸਲੇਸ਼ਨ ਲਈ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਲਿਖ ਕੇ ਭੇਜ ਚੁੱਕੇ ਹਾਂ। ਅਤੇ ਇਸ ਮੁਹਿੰਮ ਵਿੱਚ ਜਿਹੜੇ ਸੋਸ਼ਲ ਮੀਡੀਆ 'ਤੇ ਅਸਲੇ ਨਾਲ ਫੋਟੋ ਪਾਉਂਦੇ ਆ ਅਤੇ ਅਸਲਿਆਂ ਦੀ ਬੜਾਵਾ ਕਰਦੇ ਨੇ, ਉਹਨਾਂ 6 ਬੰਦਿਆਂ 'ਤੇ ਅਸੀਂ FIR ਦਰਜ ਕਰਕੇ ਉਹਨਾਂ ਨੂੰ ਅਰੈਸਟ ਵੀ ਕੀਤਾ ਹੈ। ਮੈਮ ਇਹ ਜਿਹੜੀ ਫੋਟੋ ਪਾਉਂਦੇ ਆ ਇਹ ਕੁਛ ਟਾਈਮ ਪਹਿਲਾਂ ਦੀ ਹੈ ਜਾਂ ਕੋਈ ਪੁਰਾਣੀ ਫੋਟੋ ਵੀ ਕਿਸੇ ਦੀ ਹੋਵੇ, ਕਿਸੇ ਦੇ ਜਿਵੇਂ ਬੱਚੇ ਦਾ ਇੱਕ ਕੇਸ ਹੋਇਆ? ਅੱਜ ਜੀ ਮੁੱਖ ਮੰਤਰੀ ਸਾਹਿਬ ਦੇ ਹੁਕਮ ਆਏ ਨੇ ਸਾਰੀ ਪੰਜਾਬ ਪੁਲਿਸ ਨੂੰ ਕਿ 3 ਦਿਨ ਲਈ ਸਾਰਿਆਂ ਨੂੰ ਮੌਕਾ ਦਿੱਤਾ ਜਾ ਰਿਹਾ। ਜੇ ਪੁਰਾਣੀ ਵੀ ਕਿਸੇ ਨੇ ਫੋਟੋਆਂ ਪਾਈਆਂ ਉਹਨਾਂ ਨੂੰ ਮੌਕਾ ਦੇ ਕੇ ਉਤਾਰਨ ਦਾ ਮੌਕਾ ਦਿੱਤਾ ਗਿਆ ਅਤੇ 3 ਦਿਨ 'ਚ ਉਤਾਰ ਲੈਣ, ਉਸ ਤੋਂ ਬਾਅਦ ਜੋ ਵੀ ਕਾਨੂੰਨੀ ਕਾਰਵਾਈ ਬਣੀ ਹੋਏਗੀ ਉਹਨਾਂ 'ਤੇ ਕਰਾਂਗੇ।